Assalamu alaikum ji, main tuhanu apna host baba ji save historical places of pakistan save gurdwaras and temples of pakistan sona punjab pakistan heritage club aur group join karo pyara nankana sahib aaj main bahut hi tareekhi jagah te pahuncha ha samajh lo ke dekh ke dil kadi te thoda jana khush hunda hai ki assi heritage explore karan waste pahunch gaye ha lekin kadi kadi dil bahut hi ਦੁਖੀ ਜਿਹਾ ਹੋ ਜਾਂਦਾ ਹੈ ਦੁਖੀ ਜਿਹਾ ਹੋ ਜਾਂਦਾ ਹੈ ਔਰ ਦਿਲ ਨੂੰ ਦੁੱਖ ਹੈ ਹੁੰਦਾ ਕਿ ਇਹ ਸਾਰਾ ਕੁਛ ਕਿਉਂ ਇੰਜ ਹੋ ਗਿਆ ਕਿਵੇਂ ਹੋ ਗਿਆ ਕਿੰਨੇ ਕਿਸ ਤਰ੍ਹਾਂ ਇਹ ਜਿਸ ਜਗ੍ਹਾ ਦੇ ਉੱਤੇ ਤੁਹਾਨੂੰ ਮੈਂ ਨਜ਼ਰ ਆ ਰਿਹਾ ਅਸਲ ਵਿੱਚ ਐਂਸ਼ੀਅੰਟ ਜੀਟੀ ਰੋਡ ਇਹ ਰਸਤਾ ਐਂਸ਼ੀਅੰਟ ਜੀਟੀ ਰੋਡ ਦਾ ਜਿਹਨੂੰ ਕਿ ਅੱਜ ਤੱਕ ਲੋਕ ਭੁੱਲ ਚੁੱਕੇ ਨੇ ਬਿਲਕੁਲ ਇਹ ਮੇਰੇ ਪਿੱਛੇ ਵਾਲਸ ਨਜ਼ਰ ਆ ਰਹੀਆਂ ਨੇ ਰੋਹਤਾਸ ਫੋਰਟ ਸ਼ੇਰ ਸ਼ਾਹ ਸੂਰੀ ਦਾ ਬਣਾਇਆ ਹੋਇਆ ਕਿਲ੍ਹਾ ਹੈ ਇਹ ਉੱਤੇ ਉਹ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ ਸਾਹਮਣੇ ਇਹ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਹੈ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਆ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਚੋਆ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਇੱਥੇ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਟਿੱਲਾ ਜੋਗੀਆਂ ਜਾਂਦੇ ਨੇ ਇੱਥੋਂ ਤਕਰੀਬਨ 25 ਕਿਲੋਮੀਟਰ ਦਾ ਫਾਸਲਾ ਜਿਹੜਾ ਉਹ ਹੈ 9.5 ਮੀਲ ਦੱਸਿਆ ਜਾਂਦਾ ਕਦੀ 9 ਮੀਲ ਕੋਈ ਲੋਕ ਦੱਸਦੇ ਨੇ ਔਰ 3200 ਫੁੱਟ ਉੱਚੀ ਜਗ੍ਹਾ ਹੈ ਅਸੀਂ ਜਦੋਂ ਸਟਾਰਟਅਪ ਲਿਆ ਸੀ ਆਪਣੀ ਪਾਕਿਸਤਾਨ ਹੈਰੀਟੇਜ ਕਲੱਬ ਦਾ ਪ੍ਰੋਗਰਾਮ ਦਾ ਕਿ ਵੀ ਅਸੀਂ ਆਪਣੇ ਕਲੱਬ ਤੋਂ ਪਹਿਲੀ ਜਿਹੜੀ ਵੀਡੀਓ ਹੈ ਉਹ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਏ ਤਾਂ ਅਸੀਂ ਸਭ ਤੋਂ ਪਹਿਲੇ ਟਿੱਲਾ ਜੋਗੀਆਂ ਗਏ ਸਾਂ ਕਿ ਬਾਬਾ ਗੁਰੂ ਨਾਨਕ ਸਾਹਿਬ ਜਦੋਂ ਗੱਲਬਾਤ ਕਰਨ ਵਾਸਤੇ ਨਾਥਪੰਥੀ ਲੋਕਾਂ ਨਾਲ ਉੱਥੇ ਪਹੁੰਚੇ ਯਾਨੀ ਕਿ ਜਿਹੜੇ ਚੇਲੇ ਸਨ ਬਾਬਾ ਗੋਰਖਨਾਥ ਬਾਲਨਾਥ ਸਿੱਧਨਾਥ ਔਰ ਬਾਕੀ ਜਿਹੜੇ ਨਾਥ ਸਨ ਉਹਨਾਂ ਦੇ ਜਿਹੜੇ ਅੱਗੋਂ ਚੇਲੇ ਸਨ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਉੱਥੇ ਪਹੁੰਚੇ ਅਤੇ ਕਾਫੀ ਵਕਤ ਉਹਨਾਂ ਨੇ ਉੱਥੇ ਗੁਜ਼ਾਰਿਆ ਲੇਕਿਨ ਬਾਬਾ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਦੇ ਉੱਤੇ ਉਹਨਾਂ ਨੂੰ ਅਮਾਦਾ ਕਰਨਾ ਚਾਹੁੰਦੇ ਸਨ ਉਹ ਰਾਜ਼ੀ ਹੁੰਦੇ ਨਜ਼ਰ ਨਹੀਂ ਸੀ ਆ ਰਹੇ ਉਹ ਆਪਣੀ ਜਗ੍ਹਾ ਤੋਂ ਟਸਮਸ ਨਹੀਂ ਹੋ ਰਹੇ ਸਨ ਅਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਫਿਰ ਵਾਪਸੀ ਦਾ ਸਫ਼ਰ ਉੱਥੋਂ ਸ਼ੁਰੂ ਕੀਤਾ ਜਦੋਂ ਵਾਪਸ ਆਏ ਤਾਂ ਇੱਥੇ ਬੈਠ ਕੇ 40 ਦਿਨ ਦਾ ਚਿਲਾ ਕੀਤਾ ਇਸ ਜਗ੍ਹਾ ਦੇ ਉੱਤੇ ਆਓ ਮੈਂ ਤੁਹਾਨੂੰ ਦੱਸਣਾ ਵਾਂ ਕਿਹੜੀ ਜਗ੍ਹਾ ਸੀ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ 40 ਦਿਨ ਦਾ ਚਿਲਾ ਕੱਟਿਆ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਪਿਆਰਾ ਗੁਰਦੁਆਰਾ ਬਣਿਆ ਸੀ ਜਿਹਦੇ ਫੁੱਟਸਟੈਪਸ ਅੱਜ ਵੀ ਮੌਜੂਦ ਨੇ ਤੁਸੀਂ ਇਹ ਕਹਿ ਸਕਦੇ ਹੋ ਖਾਲਸਾ ਰਾਜ ਫੁੱਟ ਸਟੈਪਸ ਲੱਭਦਿਆਂ ਹੋਇਆਂ ਅੱਜ ਇੱਕ ਵਾਰੀ ਫਿਰ ਮੈਂ ਪਹੁੰਚ ਗਿਆ ਵਾਂ ਰੋਹਤਾਸ ਫੋਰਟ ਦੇ ਕੋਲ ਰੋਹਤਾਸ ਦੇ ਕਿਲ੍ਹੇ ਕੋਲ ਔਰ ਸ਼ੇਰ ਸ਼ਾਹ ਦਾ ਬਣਾਇਆ ਹੋਇਆ ਦੁਨੀਆ ਦਾ ਸਭ ਤੋਂ ਮਹਿੰਗਾ ਕਿਲ੍ਹਾ ਔਰ ਸਿੱਕਾ ਰਾਇਜੁਲ ਵਕਤ ਜਿਹਦੇ 'ਤੇ 7.5 ਕਰੋੜ ਦਿਰਮ ਦਾਮ ਜਿਹੜੇ ਕਿ ਬਹਿਲੂਲ ਲੋਧੀ ਦੇ ਦੌਰ ਦੇ ਜਿਹੜੇ ਸਨ ਉਹ ਇਹਦੇ 'ਤੇ ਖਰਚਾ ਆਇਆ ਸੀ ਔਰ ਇੱਥੇ ਦੇ ਜਿਹੜੇ ਲੋਕਲ ਲੋਕ ਸੀ ਉਹਨਾਂ ਨੇ ਉਸ ਵੇਲੇ ਵੀ ਐਸਾ ਕੰਮ ਕੀਤਾ ਕਿ ਸਮਝ ਲਓ ਕਿ 3 ਗੁਣਾ ਜ਼ਿਆਦਾ ਕੋਈ ਚੀਜ਼ ਵੀ ਹੈ ਉਹਦੇ ਦਾਮ ਜਿਹੜੇ ਸਨ 3 ਗੁਣਾ ਜ਼ਿਆਦਾ ਲਾਏ ਸਨ ਜਿਹਦੀ ਵਜ੍ਹਾ ਨਾਲ ਇਹ 7.5 ਕਰੋੜ ਰੁਪਏ ਦੇ ਵਿੱਚ ਮੁਕੰਮਲ ਹੋਇਆ ਸੀ ਔਰ ਬਾਬਾ ਗੁਰੂ ਨਾਨਕ ਸਾਹਿਬ ਆ ਕੇ ਇੱਥੇ ਤਸ਼ਰੀਫ ਫਰਮਾ ਆਉਂਦੇ ਨੇ ਇਹ ਬੈਕ ਸਾਈਡ 'ਤੇ ਉੱਤੇ ਜਗ੍ਹਾ ਇਹ ਵੇ ਉਹ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ ਯਾਨੀ ਕਿ ਸਿੱਖ ਪੰਥ ਦੇ ਜਿਹੜੇ ਪਹਿਲੇ ਗੁਰੂ ਨੇ ਪਹਿਲੇ ਪਾਤਸ਼ਾਹ ਨੇ ਜਗਤ ਗੁਰੂ ਨੇ ਉਹਨਾਂ ਦੇ ਕਦਮ ਜਿਹੜੇ ਨੇ ਇਸ ਜਗ੍ਹਾ ਨੂੰ ਛੂਏ ਆ ਕੇ ਔਰ ਇਸ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਡੇਰਾ ਜਮਾਇਆ ਔਰ 40 ਦਿਨ ਤੱਕ ਇੱਥੇ ਆ ਕੇ ਗਿਆਨ ਔਰ ਅੱਲਾਹ ਤਾਲਾ ਦੀ ਇਬਾਦਤ ਵਿੱਚ ਇੱਥੇ ਮਸਰੂਫ ਰਹੇ ਬਾਰੇ ਵਿੱਚ 2 ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਵੀ ਇਹ ਜਿਹੜੀ ਬਿਲਡਿੰਗ ਹੈ ਕੁਛ ਲੋਕ ਤਾਂ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਔਰ ਕੁਛ ਲੋਕ ਕਹਿੰਦੇ ਨੇ ਕਿ ਇਹਨੂੰ ਜਿਹੜਾ 1900 ਦੇ ਵਿੱਚ ਦੁਬਾਰਾ ਜਿਹੜਾ ਮਸਮਾਰ ਕਰਕੇ ਬਣਾਇਆ ਗਿਆ ਲੇਕਿਨ ਇਹਦਾ ਅਗਰ ਟੋਪ ਵਾਲਾ ਗੁੰਬਦ ਅਸੀਂ ਉੱਥੇ ਜਾ ਕੇ ਦੇਖੀਏ ਤਾਂ ਉੱਥੋਂ ਜਾ ਕੇ ਪਤਾ ਚੱਲਦਾ ਕਿ ਇਹ ਗੁਰਦੁਆਰਾ ਜਿਹੜਾ ਗੁੰਬਦ ਉਹਦਾ ਉਹ ਐਂਸ਼ੀਅੰਟ ਟਾਈਮ ਦਾ ਹੁਣ ਦਾ ਨਹੀਂ ਹੈ ਇਹਦੀ ਮੇਨ ਐਂਟਰੈਂਸ ਹੁੰਦੀ ਸੀ ਗੁਰਦੁਆਰੇ ਦੀ ਮੇਨ ਗੇਟ ਹੈ ਅਮਰਦੀਪ ਸਾਹਿਬ ਨੇ ਆਪਣੀ ਬੁੱਕ ਦਾ ਜਿਹੜਾ ਟਾਈਟਲ ਹੈ ਲੋਸਟ ਲੈਜੇਸੀ ਉਹਦਾ ਜਿਹੜਾ ਟਾਈਟਲ ਹੈ ਇਹੀ ਗੇਟ ਹੈ ਇੱਥੋਂ ਉਹਨਾਂ ਨੇ ਇਸ ਫਿਜ਼ਨ ਸਿਗਤ ਹੈ ਇਸ ਜਗ੍ਹਾ ਤੋਂ ਖੜ੍ਹੇ ਹੋ ਕੇ ਉਹਨਾਂ ਨੇ ਇਹ ਸਾਰਾ ਕਵਰ ਕੀਤਾ ਹੋਇਆ ਔਰ ਇਹ ਸਾਰਾ ਕੁਛ ਦਿਖਾਇਆ ਹੋਇਆ ਇਸ ਜਗ੍ਹਾ ਤੋਂ
ਔਰ ਐਪ ਬੈਕ ਸਾਈਡ ਦੇ ਉੱਤੇ ਤੁਹਾਨੂੰ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਆ ਬਾਬਾ ਗੁਰੂ ਨਾਨਕ ਸਾਹਿਬ ਹੈ, ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ 40 ਦਿਨ ਦਾ ਚਿੱਲਾ ਕੀਤਾ ਸੀ। ਇਹ ਬੈਕ ਸਾਈਡ ਦੇ ਉੱਤੇ ਤੁਹਾਨੂੰ ਰੋਹਤਾਸ ਫੋਰਟ ਦਾ ਕਿਲ੍ਹਾ, ਰੋਹਤਾਸ ਦਾ ਜਿਹੜਾ ਤੈਲਾਕੀ ਗੇਟ ਜਿਹਨੂੰ ਕਿ ਕਿਹਾ ਜਾਂਦਾ ਹੈ, ਇਹ ਤੈਲਾਕੀ ਗੇਟ ਹੈ। ਇਸ ਜਗ੍ਹਾ ਦੇ ਉੱਤੇ ਆ ਕੇ ਬਾਬਾ ਗੁਰੂ ਨਾਨਕ ਸਾਹਿਬ ਬਿਰਾਜਮਾਨ ਹੋਏ ਸਨ ਔਰ ਇਸ ਜਗ੍ਹਾ 'ਤੇ ਆ ਕੇ ਬੈਠੇ ਸਨ, ਜਿਸ ਜਗ੍ਹਾ ਦੇ ਉੱਤੇ ਅੱਜ ਜਿਹੜਾ ਇਹ ਗੁਰਦੁਆਰਾ ਬਣਿਆ ਹੋਇਆ। ਗੁਰਦੁਆਰੇ ਦੀ ਮੇਨ ਐਂਟਰੈਂਸ ਹੈ ਔਰ ਇਹ ਸਰੋਵਰ ਹੈ। ਸਰੋਵਰ ਦੀ ਇਹ ਤਾਰੀਖ ਹੈ ਕਿ ਇਸ ਜਗ੍ਹਾ ਦੇ ਉੱਤੇ ਪਹਿਲੇ ਪਾਣੀ ਮੌਜੂਦ ਨਹੀਂ ਸੀ। ਨਾਲ ਇਹ ਨਾਲਾ ਗਾਣ ਜ਼ਰੂਰ ਵਗਦਾ, ਜਿੱਥੋਂ ਇਹ ਅਲੈਗਜ਼ੈਂਡਰ ਵੀ ਨੰਗਿਆ ਅਤੇ ਜਿੱਥੋਂ ਬਾਬਰ ਵੀ ਨੰਗਿਆ, ਗੋਰੀ ਗਜ਼ਨਵੀ ਤਮਾਮ ਬਾਦਸ਼ਾਹ ਜਿਹੜੇ ਨੇ ਉਹਨਾਂ ਨੇ ਇਹਨੂੰ ਕ੍ਰੋਸ ਕੀਤਾ ਔਰ ਐਸੇ ਸਾਈਡ ਦੇ ਉੱਤੋਂ ਟਿੱਲਾ ਜੋਗੀਆਂ ਦੇ ਉੱਤੇ ਚੜ੍ਹਦੇ ਰਹੇ ਨੇ। ਇਸ ਸਰੋਵਰ ਦੀ ਖਾਸੀਅਤ ਇਹ ਵੀ ਕਿ ਇਹ ਜਿਹੜਾ ਚਵਾ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਮਸ਼ਹੂਰ ਹੈ। ਇਹ ਚਵਾ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਮਸ਼ਹੂਰ ਹੈ ਔਰ ਇਹਨੂੰ ਅੰਮ੍ਰਿਤ ਜਲ ਦਾ ਨਾਮ ਦਿੱਤਾ ਗਿਆ ਕਿ ਇਹ ਅੰਮ੍ਰਿਤ ਜਲ ਹੈ, ਕਿਉਂਕਿ ਇਹ ਬਾਬਾ ਜੀ ਦੀ ਕਰਾਮਾਤ ਹੈ ਕਿ ਇੱਥੇ ਬੈਠੇ ਸਨ ਔਰ ਉਸ ਤੋਂ ਬਾਅਦ ਜਾ ਕੇ ਜਿਹੜਾ ਇਹ ਪਾਣੀ ਨਿਕਲਣਾ ਸ਼ੁਰੂ ਹੋਇਆ ਸੀ। ਮੈਂ ਇੱਥੇ ਦੇ ਕੁਛ ਫੁੱਟ ਸਟੈਪਸ ਤੁਹਾਨੂੰ ਦਿਖਾਉਣਾ ਵਾਂ। ਮਜ਼ੀਦ ਇੱਥੇ ਕੁਛ ਟਹਿਲ ਸੇਵਾ ਕਰਾਈ ਵੀ ਹੈ, ਲੇਕਿਨ ਰਸਤਾ ਥੋੜ੍ਹਾ ਜਿਹਾ ਮੁਸ਼ਕਿਲ ਹੈ। ਮੈਂ ਕੋਸ਼ਿਸ਼ ਕਰਦਾ ਕੁਛ ਟਹਿਲ ਸੇਵਾ ਕਰਵਾਈ ਜਿਹੜੀ ਹੈ। ਜਿਨ੍ਹਾਂ ਲੋਕਾਂ ਨੇ ਇਸ ਚੂਹੇ ਦੀ ਸੇਵਾ ਕਰਵਾਈ ਸੀ, ਇਹ ਇੱਕ ਓਨਕਾਰ ਤੋਂ ਬਾਅਦ ਅਸਲ ਵਿੱਚ ਬਹੁਤ ਜ਼ਿਆਦਾ ਸਾਰੀ ਪਲੇਟਸ ਨੇ ਔਰ ਅਸੀਂ ਫੋਟੋ ਵਾਕ 'ਤੇ ਆਏ ਹਾਂ, ਇਸ ਵਾਸਤੇ ਇਹ ਪੂਰਾ ਮੁਕੰਮਲ ਤੌਰ 'ਤੇ ਹਾਈਲਾਈਟ ਨਹੀਂ ਹੋ ਸਕਦਾ, ਲੇਕਿਨ ਫਿਰ ਵੀ ਕੁਛ ਪਲੇਟਸ ਜਿਹੜੀਆਂ ਨੇ ਮੈਂ ਇਹ ਕੁਛ ਰਾਈਟਿੰਗ ਹੈ, ਲੇਕਿਨ ਕਾਫੀ ਦੂਰ ਤੋਂ ਇਹ ਕਾਫੀ ਟਹਿਲ ਸੇਵਾ ਕਰਵਾਈ 1947 ਤੋਂ ਪਹਿਲੇ 'ਤੇ ਜਿਹੜੀ ਸਿੱਖ ਸੰਗਤ ਹੈ ਉਹਨਾਂ ਨੇ ਇਸ ਸਰੋਵਰ ਵਾਸਤੇ ਜਿਹੜੀ ਸੀ ਜਿਹੜੀ ਸੇਵਾ ਕਰਵਾਈ ਹੈ ਉਹਦੇ ਵਾਸਤੇ ਇਹ ਨੇਮ ਪਲੇਟਸ ਵਗੈਰਾ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਤੁਸੀਂ ਦੇਖ ਰਹੇ ਹੋ ਸਰੋਵਰ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ, ਰੋਹਤਾਸ ਫੋਰਟ ਡਿਸਟ੍ਰਿਕਟ ਜੇਹਲਮ ਦੇ ਵਿੱਚ ਹੈ। ਬਹੁਤ ਇਤਿਹਾਸਿਕ ਜਗ੍ਹਾ ਹੈ ਜੀ। ਜਗ੍ਹਾ ਜਗ੍ਹਾ ਟਹਿਲ ਸੇਵਾ ਕਰਵਾਈ ਨਜ਼ਰ ਆ ਰਹੀ ਹੈ। ਇਹ ਪਿਛਲੇ ਪਾਸੇ ਪਾਉਣਾ ਫੀਮੇਲਸ ਵਾਸਤੇ ਬਾਥ ਦੀ ਜਗ੍ਹਾ, ਇਹ ਜੀ ਫੀਮੇਲ ਬਾਥ ਪਾਉਣਾ ਔਰ ਇਹ ਰੋਹਤਾਸ ਫੋਰਟ ਦਾ ਤਲਾਕੀ ਗੇਟ। ਔਰ ਇਹ ਮੇਨ ਐਂਟਰੈਂਸ ਸੀ ਦਰਸ਼ਨ ਡਿਉੜੀ ਜਿੱਥੋਂ ਕਿ ਸ਼ੁਰੂ ਹੁੰਦੀ ਹੈ ਗੁਰਦੁਆਰੇ ਸਾਹਿਬ ਦੀ। ਨਿਸ਼ਾਨ ਸਾਹਿਬ ਦੀ ਜਗ੍ਹਾ ਔਰ ਇਹ ਖੂਹ ਜਿਹੜਾ ਕਿ ਅੱਜ ਵੀ ਮੌਜੂਦ ਹੈ ਲੇਕਿਨ ਇਸਨੂੰ ਬੰਦ ਕੀਤਾ ਹੋਇਆ ਉਤੋਂ। ਇੱਥੇ ਲਿਖੇ ਹੋਏ ਨੇ ਗੁਰਬਾਣੀ ਦੇ ਅੱਖਰ, ਇਹ ਦੇਖੋ ਤੁਸੀਂ ਇਹ ਸ਼ਬਦ ਲਿਖੇ ਹੋਏ ਨੇ ਗੁਰਬਾਣੀ ਦੇ। ਇਹ ਸਾਰਾ ਦੇਖੋ ਤੁਸੀਂ ਸਟੋਨ ਦੇ ਨਾਲ ਵਰਕ ਹੋਇਆ ਹੋਇਆ ਇਹਦਾ। ਇਹ ਸਾਰੀ ਦੇਖੋ ਰੀਅਲ ਜਿਹੜਾ ਚਕਵਾਲ ਸਟੋਨ ਹੈ ਔਰ ਇਸ ਪਾਸੇ ਜਿਹੜੀ ਹੈ ਨਾਨਕ ਸ਼ਾਹੀ ਇੱਟ ਜਿਹੜੀ ਹੈ ਉਹ ਯੂਜ਼ ਕੀਤੀ ਗਈ ਹੈ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ
ਚੋਆ ਬਾਬਾ ਗੁਰੂ ਨਾਨਕ ਸਾਹਿਬ ਇੱਕ ਦਰਵਾਜ਼ਾ ਇਸ ਪਾਸੇ ਸੀ ਔਰ ਇਹ ਦੇਖੋ ਤੁਸੀਂ ਇਹ ਸ਼ਬਦ ਲਿਖੇ ਹੋਏ ਨੇ ਮੈਂ ਲੈ ਕੇ ਪਹੁੰਚਿਆ ਵਾਂ ਅੱਜ ਪਾਕਿਸਤਾਨ ਹੈਰੀਟੇਜ ਕਲੱਬ ਦੀ ਟੀਮ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਦਾ ਫਸਟ ਫਲੋਰ ਹੈ ਇਹਦੇ ਅੰਦਰ ਕਾਫੀ ਰੂਮਸ ਨੇ ਛੋਟੇ ਛੋਟੇ ਇਹ ਤਕਰੀਬਨ 12 ਦਰੀ ਦੀ ਸ਼ੇਪ ਵਿੱਚ ਬਣਿਆ ਹੋਇਆ ਬਹੁਤ ਮਾੜੀ ਹਾਲਤ ਹੈ ਇਸ ਵਕਤ ਇਸ ਗੁਰਦੁਆਰਾ ਸਾਹਿਬ ਦੀ ਸਟਰਕਚਰ ਬਿਲਕੁਲ ਪੂਰਾ ਖੜ੍ਹਾ ਲੇਕਿਨ ਇੱਥੇ ਨਾ ਤਾਂ ਪ੍ਰਕਾਸ਼ ਹੁੰਦਾ ਔਰ ਨਾ ਹੀ ਇੱਥੇ ਕੋਈ ਹੋਰ ਕਿਸੇ ਕਿਸਮ ਦੀ ਵੀ ਕੋਈ ਰਸਮ ਅਦਾ ਨਹੀਂ ਕੀਤੀ ਜਾਂਦੀ ਸੈਕਿੰਡ ਫਲੋਰ ਇਹ ਗੁਰਦੁਆਰਾ ਸਾਹਿਬ ਦਾ ਸੈਕਿੰਡ ਫਲੋਰ ਹੈ ਬਹੁਤ ਪਿਆਰਾ ਆਰਕੀਟੈਕਚਰ ਹੈ ਪ੍ਰਕਾਸ਼ ਸਥਾਨ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਆ ਬਾਬਾ ਗੁਰੂ ਨਾਨਕ ਸਾਹਿਬ ਕਦੀ ਇੰਟਰਸਟ ਹੁੰਦੀ ਸੀ ਔਰ ਉਹ ਅੱਗੇ ਜਿਹੜਾ ਹੈ ਇਹ ਨਾਲਾ ਗਹਾਨ ਹੈ ਐਟਲੀਸਟ ਜਾ ਕੇ ਮਿਲ ਜਾਂਦਾ ਹੈ ਦਰਿਆ ਜੇਹਲਮ ਦੇ ਅੰਦਰ ਔਰ ਇਹ ਨਜ਼ਰ ਆ ਰਿਹਾ ਪਿੱਛੇ ਸਰੋਵਰ ਪਿੱਛੇ ਰਤਾਸ ਫੋਰਟ ਮਿਰਜ਼ਾ ਬੇਗ ਸਾਹਿਬ ਸਭ ਨਾਲ ਪਹਿਲਾਂ ਇਸ ਗੁਰਦੁਆਰੇ ਨੂੰ ਹਾਈਲਾਈਟ ਕਰਨੇ ਵਾਲਾ ਮੈਂ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਹੈ ਦੇਖੋ ਹੁਣ ਜੀ ਕੋਸ਼ਿਸ਼ ਤਾਂ ਇਹੀ ਹੈ ਪਾਕਿਸਤਾਨ ਹੈਰੀਟੇਜ ਕਲੱਬ ਪਿਆਰਾ ਨਨਕਾਣਾ ਸਾਹਿਬ ਔਰ ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਔਫ ਪਾਕਿਸਤਾਨ ਔਰ ਸੇਫ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਔਫ ਪਾਕਿਸਤਾਨ ਦੀ ਕਿ ਇਸ ਜਗ੍ਹਾ ਨੂੰ ਜ਼ਿਆਦਾ ਤੋਂ ਜ਼ਿਆਦਾ ਔਰ ਜਲਦੀ ਤੋਂ ਜਲਦੀ ਕੋਈ ਪ੍ਰਾਪਰਟੀ ਮਿਲੇ ਔਰ ਸੰਗਤ ਨੂੰ ਅੱਗੇ ਸੰਭਾਲੇ ਅਫਸੋਸ ਕਿ ਪਾਕਿਸਤਾਨੀ ਸੰਗਤ ਕੋਲ ਟਾਈਮ ਨਹੀਂ ਹੈ ਐਟ ਲੀਸਟ ਥਰਡ ਫਲੋਰ ਫਾਈਨਲੀ ਗੱਲ ਹੋ ਰਹੀ ਸੀ ਕਿ ਐਂਸ਼ੀਅੰਟ ਹੋਣ ਦੀ ਜਾਂ ਨਾ ਹੋਣ ਦੀ ਐਂਸ਼ੀਅੰਟ ਹੋਣ ਦੇ ਨਾਲ ਨਾਲ ਤੁਸੀਂ ਅੱਗੇ ਦੇਖੋ ਕਿ ਇਹ ਜਿਹੜਾ ਗੁੰਬਦ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਇਹ ਟੋਟਲੀ ਸਿੱਖ ਆਰਕੀਟੈਕਚਰ ਦਾ ਨਮੂਨਾ ਹੈ ਖਰਬੂਜ਼ੇ ਦੀ ਸ਼ੇਪ ਦੇ ਵਿੱਚ ਬਣਿਆ ਹੋਇਆ ਉਹੀ ਪੁਰਾਣੇ ਗੁੰਬਦ ਜਿਹੜੇ ਨੇ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੌਰ ਦੇ ਵਿੱਚ ਬਣਵਾਏ ਸਨ ਔਰ ਕੁਝ ਲੋਕ ਇਹਨੂੰ ਨਿਊਲੀ ਅਗਰ ਆਰਕੀਟੈਕਚਰ ਕਹਿੰਦੇ ਨੇ ਤਾਂ ਉਹ ਟੋਟਲੀ ਗਲਤ ਹੈ ਇਹ ਸਿੱਖ ਰਾਜ ਜਾਂ ਸਿੱਖਾ ਸ਼ਾਹੀ ਦੇ ਦੌਰਾਨ ਬਣਨ ਦੇ ਵਿੱਚ ਹੀ ਇਹ ਦੇਖੋ ਤੁਸੀਂ ਕਿ ਕੱਚ ਚੂਨਾਗਰੀ ਪ੍ਰੋਪਰਲੀ ਯੂਜ਼ ਹੋਈ ਹੈ ਔਰ ਉਸ ਤੋਂ ਬਾਅਦ ਇਹਦੇ ਵਿੱਚ ਨਾਨਕ ਸ਼ਾਹੀ ਇੱਟ ਦਾ ਜਿਹੜਾ ਯੂਜ਼ ਹੈ ਉਹ ਬਾਅਦ ਵਿੱਚ ਬਹੁਤ ਘੱਟ ਹੋਇਆ ਕਿਉਂਕਿ ਜਦੋਂ ਅਗਰ ਤੁਸੀਂ ਦੇਖੋ ਸਟਾਰਟ ਹੋ ਜਾਂਦਾ ਜਦੋਂ ਬ੍ਰਿਟਿਸ਼ ਏਰਾ ਤਾਂ ਬ੍ਰਿਟਿਸ਼ ਏਰਾ ਦੇ ਵਿੱਚ ਦੋਸੇਰੀ ਇੱਟ ਜਿਹੜੀ ਹੈ ਉਹਦਾ ਯੂਜ਼ ਜ਼ਿਆਦਾ ਹੁੰਦਾ ਸੀ ਇਹ ਤਾਰੀਖ ਦੇ ਪੰਨੇ ਥੋੜ੍ਹੇ ਜਿਹੇ ਨਾਲ ਫਰੋਲਦਾ ਚੱਲਾਂ ਅਤੇ ਸ਼ਾਇਦ ਕੁਝ ਦੋਸਤਾਂ ਦੀ ਮਦਦ ਜਿਹੜੀ ਹੈ ਹੋ ਜਾਏ ਇਸ ਵੇਲੇ ਇਹ ਪਿੱਛੇ ਉਹ ਜਿਹੜੀ ਜਗ੍ਹਾ ਨਜ਼ਰ ਆ ਰਹੀ ਹੈ ਉੱਪਰ
ਇਹ ਜਿਹੜਾ ਪਹਾੜ ਨਜ਼ਰ ਆ ਰਿਹਾ, ਟਿੱਲਾ ਨਜ਼ਰ ਆ ਰਿਹਾ, ਟਿੱਲਾ ਟਿੱਲਾ ਇੱਕ ਉੱਚੀ ਜਗ੍ਹਾ ਨੂੰ ਕਿਹਾ ਜਾਂਦਾ ਕਿ ਜਿਹੜਾ ਕਿ ਆਮ ਏਰੀਏ ਤੋਂ ਹਟ ਕੇ ਥੋੜ੍ਹਾ ਉੱਚਾ ਹੋਵੇ। ਇਹ ਮਾਝੀ ਜ਼ੁਬਾਨ ਦੇ ਅੰਦਰ ਟਿੱਲਾ ਲਫਜ਼ ਯੂਜ਼ ਕੀਤਾ ਜਾਂਦਾ। ਟਿੱਲਾ ਗੋਰਖਨਾਥ, ਟਿੱਲਾ ਬਾਲਨਾਥ, ਟਿੱਲਾ ਜੋਗੀਆਂ, ਟਿੱਲਾ ਬਾਬਾ ਗੁਰੂ ਨਾਨਕ ਸਾਹਿਬ, ਔਰ ਐਟਲੀਸਟ ਜਿਹੜਾ ਟਿੱਲਾ ਜੋਗੀਆਂ ਕਹਿਲਾਇਆ, ਔਰ ਆਸਟ੍ਰੇਲੀਆ ਦਾ ਨਾਮ ਜਿਹੜਾ ਟਿੱਲਾ ਜੋਗੀਆਂ ਤੋਂ ਹੈ। ਇਹ ਉਹੀ ਤਾਰੀਖੀ ਨਾਲਾ ਗਾਨ ਹੈ ਕਿ ਜਿਹਦੇ 'ਤੇ ਅਲੈਗਜ਼ੈਂਡਰ ਦੀਆਂ ਫੌਜਾਂ ਬਾਰਿਸ਼ ਤੇਜ਼ ਹੋਣ ਪਾਰੋਂ ਪਾਰਲੇ ਪਾਸੇ ਰੁਕ ਗਈਆਂ ਸਨ। ਫਿਰ ਇੱਕ ਵਾਰੀ ਜਦੋਂ ਗਜ਼ਨਵੀ ਆਇਆ ਤਾਂ ਤਾਂ ਵੀ ਪਾਣੀ ਆਇਆ ਹੋਇਆ ਸੀ, ਇਸ ਨੂੰ ਕ੍ਰੋਸ ਕਰਨ ਲੱਗਿਆਂ ਉਹਦੀ ਕਾਫੀ ਫੌਜ ਜਿਹੜੀ ਸੀ ਪਾਣੀ ਦੇ ਵਿੱਚ ਵਹਿ ਵੀ ਗਈ ਸੀ। ਇਹ ਨਿਸ਼ਾਨ ਸਾਹਿਬ ਵਾਸਤੇ ਜਗ੍ਹਾ ਹਿਸਟੋਰੀਕਲ ਔਰ ਐਨਸ਼ੀਅੰਟ, ਔਰ ਦੂਸਰਾ ਫਸਟ ਜਗਤ ਗੁਰੂ ਦੇ ਪੈਰ ਛੂਹਣ ਦੇ ਪਾਰੋਂ ਇਸ ਜਗ੍ਹਾ ਨੂੰ ਕਾਫੀ ਅਹਿਮੀਅਤ ਹਾਸਿਲ ਸੀ, ਔਰ ਇੱਥੇ ਵਿਸਾਖੀ ਦਾ ਬਹੁਤ ਵੱਡਾ ਇਕੱਠ ਹੁੰਦਾ ਸੀ। ਜਦੋਂ ਵਿਸਾਖੀ ਦਾ ਬਹੁਤ ਵੱਡਾ ਇਕੱਠ ਹੁੰਦਾ ਸੀ ਤਾਂ ਇੱਥੋਂ ਕਹਿੰਦੇ ਨੇ ਕਿ ਇੱਕ ਲਫਜ਼ ਇਸਤੇਮਾਲ ਕੀਤਾ ਜਾਂਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਬਹੁਤ ਪਿਆਰੇ ਤਰੀਕੇ ਨਾਲ, ਉਹਨੂੰ ਕਹਿੰਦੇ ਨੇ ਹਿੰਦ ਸਿੰਧ ਤੋਂ। ਹਿੰਦ ਸਿੰਧ ਤੋਂ ਲੋਕ ਜਿਹੜੇ ਸਨ ਇੱਥੇ ਆਉਂਦੇ ਸਨ ਔਰ ਵਿਸਾਖੀ ਨਹਾਉਂਦੇ ਸਨ, ਔਰ ਇਹੀ ਉਹ ਜਗ੍ਹਾ ਜਿੱਥੇ ਕਿ ਅੰਮ੍ਰਿਤ ਜਲ ਜਿਹੜਾ ਸੀ ਫੁੱਟਿਆ ਸੀ, ਔਰ ਜਿਹਨੂੰ ਕਿ ਚੋਹਾ ਬਾਬਾ ਗੁਰੂ ਨਾਨਕ ਸਾਹਿਬ ਕਿਹਾ ਗਿਆ, ਉਹ ਇਹ ਜਗ੍ਹਾ ਹੈ। ਗੱਲ ਹੋ ਰਹੀ ਸੀ ਹਿਸਟੋਰੀਕਲ ਫੈਕਟਸ ਦੇ ਨਾਲ, ਫੈਕਟਸ ਦੇ ਮੁਤਲਕ, ਅਤੇ ਇਹ ਪਿੱਛੇ ਤਲਾਕੀ ਗੇਟ ਹੈ ਰੋਹਤਾਸ ਫੋਰਟ ਦਾ, ਸ਼ੇਰ ਸ਼ਾਹ ਮੁਹੰਮਦ ਯੂਸਫ, ਸ਼ੇਰ ਸ਼ਾਹ ਸੂਰੀ, ਔਰ 4-5 ਨਾਮਾਂ ਤੋਂ ਇਸ ਸ਼ਖਸ ਨੂੰ ਜਾਣਿਆ ਜਾਂਦਾ ਹੈ। ਅਹਿਸਾਸੇ ਮਹਿਰੂਮੀ ਦੇ ਵਿੱਚ ਪੈਦਾ ਹੋਇਆ, ਜਿਹਦੇ ਬਾਪ ਨੇ 5 ਸ਼ਾਦੀਆਂ ਕੀਤੀਆਂ, ਔਰ ਉਸ ਤੋਂ ਬਾਅਦ ਗੁੱਸਾ ਨਿਕਲਿਆ ਸਾਰਾ ਮੁਗਲਾਂ ਦੇ ਉੱਤੇ ਆ ਕੇ। ਬਰਕੈਫ ਇੱਕ ਹਿਸਟੋਰੀਕਲ ਫੈਕਟ ਹੈ, ਔਰ ਇਹਨੂੰ ਐਕਸੈਪਟ ਕਰਨਾ ਪਵੇਗਾ ਕਿ ਇਹ ਗੇਟ, ਇਹ ਦੇਖੋ ਤੁਸੀਂ ਥੋੜ੍ਹੇ ਨੇ ਰਸਤੇ ਜਿਹੜੇ ਨੇ ਤਕਰੀਬਨ ਇਹਦੇ ਬੰਨ ਨੇ, 13 ਦਰਵਾਜ਼ੇ ਨੇ ਇਹਦੇ, ਔਰ ਇਹਦੀ ਬਾਉਂਡਰੀ 4 ਕਿਲੋਮੀਟਰ ਦੇ ਵਿੱਚ ਹੈ, ਔਰ ਅਗਰ ਦੇਖਿਆ ਜਾਏ ਤਾਂ ਇਹਦੀ ਵਾਲ ਦਾ ਜਿਹੜਾ ਉਹ 8 ਮੀਲ। ਮੈਂ ਤਾਂ ਹੈਰਾਨ ਹਾਂ ਕਿ ਇੰਨਾ ਵੱਡਾ ਏਰੀਆ ਇੱਕ ਦਿਨ ਵਿੱਚ ਦੇਖਿਆ ਨਹੀਂ ਜਾ ਸਕਦਾ। 7.5 ਸਾਲ ਵਿੱਚ ਮੁਕੰਮਲ ਹੋਇਆ, 7.5 ਕਰੋੜ ਦਮ ਲੱਗੇ, ਔਰ 3 ਗੁਣਾ ਜ਼ਿਆਦਾ ਮਜ਼ਦੂਰੀ ਲੋਕਾਂ ਨੇ ਇੱਥੇ ਦੇ ਵਸੂਲ ਕੀਤੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਾਕਿਸਤਾਨ ਹੈਰੀਟੇਜ ਕਲੱਬ ਦੀ ਇਹ ਪੂਰੀ ਟੀਮ ਇਸ ਵੇਲੇ ਪਹੁੰਚੀ ਹੋਈ ਗੁਰਦੁਆਰਾ ਸਾਹਿਬ ਦੇ ਉੱਤੇ, ਔਰ ਤਮਾਮ ਲੋਕਾਂ ਦੀ ਇਹੀ ਡਿਮਾਂਡ ਹੈ ਕਿ ਇਸ ਗੁਰਦੁਆਰੇ ਨੂੰ ਇੱਕ ਇਤਿਹਾਸਿਕ ਜਗ੍ਹਾ ਨੂੰ, ਇੱਕ ਤਾਰੀਖੀ ਜਗ੍ਹਾ ਨੂੰ ਦੁਬਾਰਾ ਤੋਂ ਆਬਾਦ ਕੀਤਾ ਜਾਵੇ, ਔਰ ਸਿੱਖ ਸੰਗਤ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਇੱਥੇ ਪ੍ਰੋਪਰ ਤੌਰ ਦੇ ਉੱਤੇ ਜਿਹੜੀ ਹੈ ਉਹ ਦੁਬਾਰਾ ਤੋਂ ਪਾਠ ਸ਼ੁਰੂ ਹੋ ਸਕੇ, ਔਰ ਇੱਥੇ ਦੁਬਾਰਾ ਤੋਂ ਜਿਹੜੀਆਂ ਨੇ ਉਹ ਰੌਣਕਾਂ ਬਹਾਲ ਹੋਣ। ਇਹ ਉਹੀ ਜਗ੍ਹਾ ਜਿੱਥੇ ਕਦੀ ਲੱਖਾਂ ਦੀ ਤਾਦਾਦ ਵਿੱਚ ਵਿਸਾਖੀ ਨਾਲ ਲੋਕ ਨਹਾਉਣ ਲਈ ਆਉਂਦੇ ਸਨ, ਔਰ ਅੱਜ ਇਹ ਜਗ੍ਹਾ ਇਸ ਤਰ੍ਹਾਂ ਉਜਾੜ ਬੀਆਬਾੜ ਬਿਲਕੁਲ ਪਈ ਹੋਈ ਹੈ, ਔਰ ਇਹਦਾ ਕੋਈ ਵਾਲੀ ਵਾਰਸ ਨਹੀਂ ਹੈ। ਮੈਂ ਅਫਸੋਸ ਨਾਲ ਕਹਾਂਗਾ ਕਿ ਮੈਂ ਸੰਗਤ ਨੂੰ ਕਿਹਾ ਸੀ ਕਿ ਅਸੀਂ ਇਸ ਜਗ੍ਹਾ ਨੂੰ ਐਕਸਪਲੋਰ ਕਰਨ ਵਾਸਤੇ ਪਹੁੰਚ ਰਹੇ ਹਾਂ ਇੱਥੇ, ਲੇਕਿਨ ਕਿਸੇ ਕੋਲ ਟਾਈਮ ਨਹੀਂ ਸੀ, ਔਰ ਕਿਸੇ ਕੋਲ ਸ਼ਾਇਦ ਮੈਂ ਕੁਛ ਹੋਰ ਵੀ ਕਹਾਂਗਾ, ਕਿਸੇ ਕੋਲ ਟਾਈਮ ਨਹੀਂ ਸੀ, ਔਰ ਕਿਸੇ ਕੋਲ ਵੈਸੀ ਫੁਰਸਤ ਨਹੀਂ ਹੈ ਕਿ ਦੁਨਿਆਵੀ ਕੰਮਾਂ ਤੋਂ। ਬਰਕੈਫ ਇਹ ਲੋਕ ਜਿਹੜੇ ਨੇ, ਇਹ ਹਿਸਟਰੀ ਦੇ ਦੀਵਾਨੇ ਨੇ, ਇਹ ਤਮਾਮ ਲੋਕ ਜਿਹੜੇ ਨੇ ਇਸ ਵੇਲੇ ਪਹੁੰਚ ਚੁੱਕੇ ਨੇ ਸਿਰਫ ਇਸ ਗੁਰਦੁਆਰੇ ਨੂੰ ਐਕਸਪਲੋਰ ਕਰਨ ਵਾਸਤੇ, ਫੋਟੋਗ੍ਰਾਫੀ ਕਰਨ ਵਾਸਤੇ, ਆਪਣੇ ਆਪਣੇ ਰਸਤੇ, ਆਪਣੇ ਆਪਣੇ ਸ਼ਹਿਰ, ਆਪਣੇ ਆਪਣੇ ਸੂਬੇ ਜਾ ਕੇ ਇਸ ਚੀਜ਼ ਨੂੰ ਹਾਈਲਾਈਟ ਕਰਨਗੇ ਕਿ ਇਸ ਗੁਰਦੁਆਰੇ ਨੂੰ ਜਿਹੜਾ ਦੁਬਾਰਾ ਤੋਂ ਖੋਲ੍ਹਿਆ ਜਾਵੇ। ਔਰ ਮਿਰਜ਼ਾ ਸਾਹਿਬ ਨੇ ਤਾਂ ਬਹੁਤ ਪਹਿਲੇ ਹੀ ਇਹਨੂੰ ਹਾਈਲਾਈਟ ਕੀਤਾ ਹੋਇਆ, ਔਰ ਇਸ ਬਾਰੇ ਸਾਡੀ ਫਿਰ ਦੁਬਾਰਾ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਕਾਫੀ ਸੰਗਤਾਂ ਨਾਲ ਰਾਬਤਾ ਵੀ ਕੀਤਾ, ਔਰ ਉਮੀਦ ਕਰਨਾ ਵਾਂ ਕਿ ਵੀਕਿਊ ਟਰੱਸਟ ਜਿਹੜਾ ਹੈ, ਔਕਾਫ ਬੋਰਡ ਜਿਹੜਾ ਹੈ, ਇਸ ਦੇ ਮੁਤਲਕ ਜਿਹੜਾ ਉਹ ਕੋਈ ਅੱਛਾ ਲਾਇਅਮਲ ਤਿਆਰ ਕਰੇ, ਔਰ ਇਸ ਗੁਰਦੁਆਰੇ ਨੂੰ ਦੁਬਾਰਾ ਰਿਪੇਅਰ ਕਰਕੇ ਇਹਦੀ ਓਰੀਜਨਲ ਹਾਲਤ ਵਿੱਚ ਲੈ ਕੇ ਆਇਆ ਜਾਏ, ਕਿਉਂਕਿ 550 ਸਾਲ ਗੁਜ਼ਰਨ ਤੋਂ ਬਾਅਦ ਦੀ ਇਹ ਸਟਰਕਚਰ ਔਰ ਇਹ ਜਗ੍ਹਾ ਔਰ ਇਹ ਚੀਜ਼ਾਂ ਅੱਜ ਵੀ ਇਸ ਤਰੀਕੇ ਨਾਲ ਮਹਿਫੂਜ਼ ਨੇ ਕਿ ਜਿਸ ਤਰ੍ਹਾਂ ਇਹ ਕੱਲ੍ਹ ਹੀ ਸਾਰਾ ਕੁਝ ਗੁਜ਼ਰਿਆ ਹੋਵੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਆ ਬਾਬਾ ਗੁਰੂ ਨਾਨਕ ਸਾਹਿਬ। ਇਹ ਮੰਜ਼ਰ ਨੇ ਖੈਰਨਸਾ ਸ਼ਹਿਜ਼ਾਦੀ ਦੇ ਮਕਬਰੇ ਦੇ। ਫਿਰ ਮਿਲਾਂਗੇ ਕਿਸੇ ਹੋਰ ਹਿਸਟੋਰੀਕਲ ਫੈਕਟ ਦੇ ਨਾਲ।